ਸੂਬਾਈ ਸਰਕਾਰ ਵੱਲੋਂ ਕਰਾਏ ਗਏ ਖੇਡ ਵਤਨ ਪੰਜਾਬ ਨੂੰ ਲੈ ਕੇ ਖਿਡਾਰੀਆਂ ਵਿੱਚ ਪੂਰਾ ਉਤਸ਼ਾਹ ਹੈ। ਗੁਰਦਾਸਪੁਰ ਦੀ ਬੇਟੀ ਕ੍ਰਿਤਿਕਾ ਨੇ ਮੋਹਾਲੀ 'ਚ ਹੋਏ ਜਿਮਨਾਸਟਿਕ ਮੁਕਾਬਲਿਆਂ ਦੇ ਵਿੱਚ 5 ਗੋਲਡ ਮੈਡਲ ਜਿੱਤ ਕੇ ਪਰਿਵਾਰ ਅਤੇ ਜ਼ਿਲ੍ਹੇ ਦਾ ਨਾਂ ਰੋਸ਼ਨ ਕੀਤਾ ਹੈ। ਹੁਣ ਉਸਦਾ ਮਕਸਦ ਓਲੰਪਿਕ 'ਚ ਤਗਮਾ ਜਿੱਤ ਕੇ ਦੇਸ਼ ਦਾ ਨਾਂ ਰੋਸ਼ਨ ਕਰਨਾ ਹੈ। ਕ੍ਰਿਤਿਕਾ ਨੇ ਦੱਸਿਆ ਕਿ ਸਖ਼ਤ ਸੰਘਰਸ਼ ਤੋਂ ਬਾਅਦ ਉਸਨੇ ਮੋਹਾਲੀ ਵਿੱਚ ਹੋਏ ਮੁਕਾਬਲੇ ਵਿੱਚ 5 ਤਗਮੇ ਜਿੱਤੇ। 3 ਦਿਨ ਤੱਕ ਚੱਲੇ ਇਹਨਾਂ ਮੁਕਾਬਲਿਆਂ ਵਿੱਚ ਉਸਨੇ ਆਲ ਰਾਊਂਡ ਟੀਮ ਇਵੈਂਟ, ਟਰਨਿੰਗ ਟੇਬਲ, ਫਲੋਰ ਐਕਸਰਸਾਈਜ਼ ਅਤੇ ਬਾਰ ਐਕਸਰਸਾਈਜ਼ ਦੇ ਵਿੱਚ ਗੋਲਡ ਮੈਡਲ ਜਿੱਤੇ। ਕ੍ਰਿਤਿਕਾ ਦਾ ਕਹਿਣਾ ਹੈ ਕਿ ਮੁਕਾਬਲੇ ਦੀ ਤਿਆਰੀ ਲਈ ਉਹ ਦਿਨ ਵਿੱਚ 5 ਘੰਟੇ ਅਭਿਆਸ ਕਰਦੀ ਸੀ। ਉਸਦੇ ਪਰਿਵਾਰਕ ਮੈਂਬਰਾਂ ਨੇ ਉਸਦੀ ਸਫਲਤਾ ਵਿੱਚ ਵੱਡੀ ਭੂਮਿਕਾ ਨਿਭਾਈ ਹੈ, ਕਿਉਂਕਿ ਉਸਦੇ ਪਰਿਵਾਰਕ ਮੈਂਬਰਾਂ ਨੇ ਉਸਨੂੰ ਬਚਪਨ ਤੋਂ ਹੀ ਜਿਮਨਾਸਟਿਕ ਖੇਡਣ ਲਈ ਉਤਸ਼ਾਹਿਤ ਕੀਤਾ ਸੀ। ਉਹ 7 ਸਾਲ ਦੀ ਉਮਰ ਤੋਂ ਹੀ ਤਿਆਰੀ ਕਰ ਰਹੀ ਹੈ। ਹਾਂਜੀ, ਤੁਸੀਂ ਕੀ ਨਾਮ ਆਪਣਾ ਹੈਗਾ ਤੇ ਕਿੱਥੇ ਕੰਪੀਟੀਸ਼ਨ ਕਰਨ ਵਾਸਤੇ ਗਈ ਗਏ? ਮੇਰਾ ਨਾਮ ਕ੍ਰਿਤਿਕਾ ਸੈਨੀਆ ਹੈ ਤੇ ਮੋਹਾਲੀ ਕੰਪੀਟੀਸ਼ਨ ਸੀ। ਮੈਂ ਕਿੱਥੇ ਆਈ ਸੀ ਕੰਪੀਟੀਸ਼ਨ? ਕਾਹਦਾ ਕੰਪੀਟੀਸ਼ਨ ਸੀ? ਖੇਡਾ ਵਚਨ ਪੰਜਾਬ ਦੀਆਂ ਕੰਪੀਟੀਸ਼ਨ ਸੀ, ਮੋਹਾਲੀ 'ਚ ਹੋਇਆ ਸੀ, ਹਾਲ 'ਚ, ਜਿਮਨੇਜ਼ੀਅਮ ਹਾਲ 'ਚ। ਤੁਸੀਂ ਕਿੱਦਾਂ ਪਾਰਟਿਸਪੇਟ ਕੀਤਾ, ਕਿਹਦੇ ਵੱਲੋਂ ਪਾਰਟਿਸਪੇਟ ਕੀਤਾ? ਅਜੇ ਕੋਚਿਸ ਨੇ ਕਰਵਾਇਆ, ਮਿਸ ਰੂਪਾਲੀ ਮੈਮ, ਮਨਦੀਪ ਸਰ, ਮਿਸਿਸ ਕੋਮਲ ਮੈਮ ਨੇ। ਕਿੰਨਾ ਚਿਰ ਰਹਿ ਕੇ ਆਏ ਉੱਥੇ ਮੋਹਾਲੀ ਦਾ? 4-5 ਦਿਨ ਦਾ, 3 ਦਿਨ ਦਾ ਕੰਪੀਟੀਸ਼ਨ ਸੀ ਤਾਂ ਆਪਾਂ 9 ਤਰੀਕ ਨੂੰ ਗਏ ਸੀ ਤੇ ਕੱਲ ਪਰਸੋਂ ਵਾਪਸ ਆਏ ਆ। ਕਿਹੜਾ ਕਿਹੜਾ ਮੈਡਲ ਤੁਹਾਡਾ ਹਾਸਲ ਹੋਇਆ ਤੋਂ? ਮੇਰੇ 5 ਗੋਲਡ ਆਇਆ, ਇੱਕ ਆਲ ਰਾਊਂਡ ਦਾ, ਇੱਕ ਟੀਮ ਦਾ, ਇੱਕ ਵਾਲਟਿੰਗ ਟੇਬਲ ਚੋਂ, ਇੱਕ 21 ਬਾਰ, ਇੱਕ ਫਲੋਰ ਐਕਸਰਸਾਈਜ਼, 5 ਗੋਲਡ ਹੈ। ਕਿਸ ਤਰ੍ਹਾਂ ਲੱਗਾ ਕੰਪੀਟੀਸ਼ਨ ਦਾ? ਟਫ ਸੀ ਕੰਪੀਟੀਸ਼ਨ ਥੋੜਾ, ਪਰ ਠੀਕ ਹੋ ਹੀ ਗਿਆ। ਵੱਖਰੀ ਵੱਖਰੀ ਡਿਸਟ੍ਰਿਕਟ ਤੋਂ ਬੱਚੇ ਆਏ ਸੀ, ਜਿੱਦਾਂ ਮੋਹਾਲੀ ਦੇ ਸੀ, ਜਲੰਧਰ, ਪਟਿਆਲਾ ਵਗੈਰਾ ਵਗੈਰਾ ਕੰਪੀਟੀਸ਼ਨ ਆਏ ਸੀ ਬੱਚੇ। ਕਿੰਨਾ ਕੁ ਟਫ ਕੰਪੀਟੀਸ਼ਨ ਸੀ ਤੇ ਉਦੋਂ ਕੀ ਲੱਗਿਆ ਸੀ ਜਦੋਂ ਤੁਸੀਂ ਉਹਨਾਂ ਪਾਰਟਿਸਪੇਟ ਕਰਦੇ ਸੀ? ਟਫ ਸੀ ਕੰਪੀਟੀਸ਼ਨ ਲੱਗ ਰਿਹਾ, ਉਦੋਂ ਜਦੋਂ ਪਾਰਟਿਸਪੇਟ ਕੀਤਾ ਹੀ ਲੱਗਦਾ ਸੀ ਕਿ ਥੋੜ੍ਹਾ ਹੋਏਗਾ ਡਿਫੀਕਲਟ, ਪਰ ਠੀਕ ਸੀ। ਕਿੰਨੀ ਮਿਹਨਤ ਕੀਤੀ ਕਰਾਈ ਆ ਕੋਚਿਸ ਨੇ ਜਾਂ ਘਰਦਿਆਂ ਨੇ? ਕੋਚਿਸ ਨੇ ਮਿਹਨਤ ਕਰਾਈ ਸੀ, ਸਵੇਰੇ ਸ਼ਾਮੀ ਪ੍ਰੈਕਟਿਸ ਹੁੰਦੀ ਸੀ, ਪੇਰੈਂਟਸ ਵੀ ਲੈ ਕੇ ਜਾਂਦੇ ਹੁੰਦੇ ਪ੍ਰੈਕਟਿਸ ਕਰਾਉਣ। ਕਿੰਨਾ ਸਮਾਂ ਦਿੰਦੇ ਰਹੇ ਪ੍ਰੈਕਟਿਸ? ਸਵੇਰੇ 2 ਘੰਟੇ ਦਾ, 5-7 ਵਜੇ ਤੱਕ, ਸ਼ਾਮ ਨੂੰ 4-7 ਵਜੇ ਤੱਕ, 3 ਘੰਟੇ। ਇਸ ਗੇਮ ਵੱਲ ਕਿਸ ਤਰ੍ਹਾਂ ਆਏ? ਇਸ ਗੇਮ ਵਿੱਚ ਕਿੰਨੇ ਮੋਟੀਵੇਟ ਕੀਤਾ? ਪੇਰੈਂਟਸ ਨੇ ਮੋਟੀਵੇਟ ਕੀਤਾ ਸੀ, ਛੋਟੇ ਹੁੰਦੇ ਪ੍ਰੈਕਟਿਸ ਤੇ ਲੈ ਕੇ ਜਾਂਦੇ ਹੁੰਦੇ ਸੀ। ਅਗਲਾ ਐਮ ਕੀ ਤੁਹਾਡਾ? ਪੁਲਿਸ ਆਫਿਸਰ। ਉਹਦੇ ਵਾਸਤੇ ਕਿਸ ਤਰ੍ਹਾਂ ਤਿਆਰੀ ਕਰ ਰਹੇ? ਕਰ ਰਿਹਾ, ਮਿਹਨਤ ਕਰ ਰਿਹਾ ਹੁਣ। ਓਲੰਪਿਕਸ ਜਾਣ ਦਾ ਏਮ ਹੈ ਹੁਣ, ਜਿੱਦਾਂ ਪ੍ਰੈਕਟਿਸ ਕਰ ਰਹੀ ਹਾਂ ਓਲੰਪਿਕਸ 'ਚ ਜਾਣ ਲਈ। ਪੇਰੈਂਟਸ ਦਾ ਵੀ ਸੁਪਨਾ ਕਿ ਮੈਂ ਓਲੰਪਿਕਸ ਖੇਡਾਂ ਅਤੇ ਕੋਈ ਪੁਲਿਸ ਵਗੈਰਾ 'ਚ ਜੋਬ ਲਵਾਂ। ਉਹਦੇ ਵਾਸਤੇ ਕਿਸ ਤਰ੍ਹਾਂ ਤਿਆਰੀ ਕਰਦੇ ਹੋ? ਕੀ ਰਣਨੀਤੀ ਬਣਾਈ? ਪ੍ਰੈਕਟਿਸ ਚੱਲ ਰਹੀ ਆ ਹੁਣ, ਮਤਲਬ ਕਿ ਹੈ ਥੋੜ੍ਹਾ ਡਿਫੀਕਲਟੀ, ਪਰ ਕੋਸ਼ਿਸ਼ ਪੂਰੀ ਹੈ। ਕੋਈ ਸਪੈਸ਼ਲ ਟ੍ਰੇਨਿੰਗ ਮੈਂ ਵੀ ਲਓਗੇ ਇਸ ਵਾਸਤੇ? ਉਹ ਪ੍ਰੈਕਟਿਸ ਦੀ ਥੋੜ੍ਹਾ। SMZ ਨਿਊਜ਼ ਦੇ ਲਈ ਗੁਰਦਾਸਪੁਰ ਤੋਂ ਲੱਕੀ ਦੀ ਰਿਪੋਰਟ।